ਗਰਮ ਮੌਸਮ ਜਿੰਨਾ ਵਧੀਆ ਹੋਇਆ ਵੈਸੇ ਯਾਰ ਇਸ ਵੇਲੇ ਵੀ ਭਰਿਆ ਹੀ ਪਿਆ ਆ एड्रेस ही गलत सिगा वो इधर जी गाइस गुड मॉर्निंग ते सत श्री अकाल सारेया नु ते आज दा प्लान हैगा या ओ लेके आया सिगा ओ देखो पए अपने एंगल जे दीदे हुणे पता नहीं दीदे कि नहीं दीदे ते ट्रेलर हो गया खाली बड़ा ठक 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 होए पर लेट गया हुण हो गया मैं खाली ते इत्थे आ देखो इत्थे लाया लोड अज का प्लैन है हम आप लोड लाता आ इतों हम आप जाना आ शिकागो मैं रात आ गया इतने आ के सो गया काफ़ी टाइम से मेरे को टाइम इतने हो गया आ 7:52 तो 8:52 हो गए तो हम इतों आप जावे शिकागो तो उतो चुकना लोड फिर आप जाना वैस्ट वैस्ट शिकागो उदा वधिया गल आ वैस्ट शिकागो की यह गल मैं उरे रहना क्रॉस करके नहीं परली साइड जाना पैना मैनू ता पता मैं देख के हटिया होनी कि कितने क जाना आ जो कि परली साइड जाना हों मतलब उधर ट्रैफिक बहुत ज्यादा होंदा करके अज मौसम इतने के बदल से हो गए पर मैं नहीं दिखाने भी मेरा ब्लॉग बहुत लंबा हो जाता अब थोड़ी जी दिखाऊंगा चेक करो मौसम कितना वधिया होया वैसे इतने जैक्सन कहड़ी सी जैक्सन विस्कॉन्सिन च आ ता करके ओके ते जैक्सन विस्कॉन्सिन च आ ते इत्थों हुण मैं लाया सी मैप मैनू एड्रैस भुल गया मेरे फोन च आ मैनू हुण फिर कढ दा इक वारी रोक के साइड ते जिदा थानू दस्या इत्थों 2 घंटे की ड्राइव है 134 miles आ इत्थों जिथे मैं इस वेले हाँ ते आप इत्थों 134 miles आया मैनू लगता है 2 घंटे कहिंदा आ मैं 2.5 घंटे मन के चलदा क्योंकि इधर नू ट्रैफिक बहुत ज्यादा होंगे यार बिल्कुल खाली है साइड मिली गया तो पॉपुलेशन है कि सिर्फ 8000 लोग रहते हैं इस टाउन के विच बहुत छोटा यह टाउन है 8000 लोग कुछ भी नहीं है किसी ने मोटरसाइकिल तो नहीं लेना फॉर सेल खड़ा कट्टा थोड़ा जा चेंज हो गया ट्रक च लाती नवी लाइट अपना थोड़ा जा हो गया प्लान चेंज मैं प्लान का चेंज होया 19 मील आया 90 सी गया जिथे पहले जाना सी 91 कुछ हुण भी 91 ही है इथे जाना है ते मेरा लोड चेंज हो गया ते
ਪਰ ਡਿੱਗ ਗੱਲ ਤਾਂ ਹੈ ਨਹੀਂ ਉਨਾ ਹੀ ਫਰਕ ਪਿਆ ਹੁਣ ਬਸ ਸਿਟੀ ਦੇ ਵਿੱਚ ਜਾਣਾ ਪਹਿਲਾਂ ਬਾਹਰ ਜਾਣਾ ਸੀਗਾ ਹੁਣ ਸਿਟੀ ਦੇ ਵਿੱਚ ਜਾਣਾ ਆ ਅਤੇ ਉੱਥੇ ਜਾ ਕੇ ਰੋਡ ਚੱਕ ਕੇ ਤੁਰਦੇ ਹਾਂ ਉੱਥੇ ਵੀ ਨਾਮ ਕਰਦੇ ਉਹਦੇ ਕਰਕੇ ਹੋ ਗਿਆ ਜਿਹੜਾ ਮੈਂ ਲੋਡ ਚੱਕਣਾ ਸੀਗਾ ਉਸੇ ਰੱਖ ਕੇ ਪਤਾ ਨਹੀਂ ਮੇਰੇ ਅਰਲੀ ਪਿਕਅਪ ਸੀਗੀ ਅਤੇ ਮੈਂ ਉੱਥੇ ਲੇਟ ਹੋ ਗਿਆ ਦੂਜਾ ਮੇਰਾ ਜਿਹੜਾ ਉਹ ਕਰਦਾ ਸੀਗਾ ਜਿਹੜਾ ਲੋਡ ਲਾਉਂਦਾ ਪਿਆ ਸੀ ਇੱਕ ਉਹ ਲਾਇਆ ਹੱਥਾਂ ਨੇ ਹੈ ਨਾ ਵੱਡੇ ਵੱਡੇ ਸਾਰੇ ਐਂਗਲ ਜਿਹੇ ਸੀਗੇ ਜੋ ਵੀ ਸੀਗੇ ਅਤੇ ਉਹਦੇ ਕਰਕੇ ਟਾਈਮ ਬਹੁਤ ਲੱਗ ਗਿਆ ਅਤੇ ਹੁਣ ਤਾਂ ਕਰਕੇ ਫਿਰ ਹੁਣ ਤਾਂ ਵਧੀਆ ਮੈਂ ਸ਼ਾਵਰ ਲੈ ਕੇ ਫਰੈਸ਼ ਹੋ ਗਿਆ ਵਧੀਆ ਇੱਥੇ ਹੈਗਾ ਏ ਡੈਨਿਸ ਪਰ ਅਸੀਂ ਨਹੀਂ ਖਾਣਾ ਯਾਰ ਮੈਂ ਇਹ ਨਹੀਂ ਦੇਖਿਆ ਉਹਨੇ ਇੰਟਰਸਟੇਟ ਤੇ ਹੀ ਆ ਸਾਰਾ ਰੋਡ 94 94 94 ਮੈਨੂੰ ਟ੍ਰੈਫਿਕ ਵੀ ਪੈਣਾ ਕਿਉਂਕਿ ਮੈਂ ਸ਼ਿਕਾਗੋ ਸਿਟੀ ਜਿਹੜੀ ਮੇਨ ਉਹਦੇ ਵਿੱਚੋਂ ਲੰਘ ਕੇ ਜਾਣਾ ਆ ਦਿਖਾਊਂਗਾ ਜੇ ਤਾਂ ਉੱਥੋਂ ਲੰਘਦਾ ਹੋਇਆ ਕਿਉਂਕਿ ਮੈਂ ਸਿਰਫ ਸ਼ਿਕਾਗੋ ਲਿਖਿਆ ਦੇਖ ਰਿਹਾ ਮੈਂ ਪ੍ਰੋਪਰ ਮੈਨੂੰ ਵੀ ਨਹੀਂ ਪਤਾ 90 ਨਹੀਂ ਪਰ ਵਧੀਆ ਆ ਚੱਲਦਾ ਹੀ ਰਹਿੰਦਾ ਟ੍ਰੈਫਿਕ ਜੇ ਕਿਤੇ ਕੁਛ ਹੋ ਜਾਵੇ ਫਿਰ ਆ ਬਹੁਤ ਹੀ ਗੱਲ ਹੁੰਦੀ ਆ ਨਹੀਂ ਤਾਂ ਅੱਜ ਤੱਕ ਕਦੀ ਫਸਿਆ ਨਹੀਂ ਆ ਉੱਥੇ ਅੱਜ ਨਾ ਫਸ ਜਾਵਾਂ ਕਿਉਂਕਿ ਉੱਦਾਂ ਮੈਂ ਕਿਹਾ ਸੀ ਕਿ ਮੈਂ ਲੈਟਾਂ ਤੋਂ 5 ਮਿੰਟ ਲੱਗਦਾ ਘਰ ਜਾਣ ਨੂੰ ਉੱਦਾਂ ਮੈਨੂੰ 10 ਮਿੰਟ ਲੱਗ ਗਏ ਤਾਂ ਨਾ ਹੀ ਕਹਾਂ ਹੈਗਾ ਖੜਾ ਉੱਥੇ ਹੀ ਆ ਪਰ ਅਜੇ ਵੀ ਆ ਲੋ ਖੋਲਾ ਗਿਆ ਪਹਿਲਾਂ ਇੱਕਦਮ ਵੜਨ ਲੱਗਾ ਸੀ ਵਿੱਚ ਮੈਂ ਮੇਰਾ ਤੇਜ਼ ਸੀਗਾ ਟਰੱਕ ਨੇ ਰੋਕ ਲਿਆ ਸ਼ੁਕਰ ਆ ਦੇਖ ਕੇ ਕੀਤਾ ਮੋਹਰੇ ਨਹੀਂ ਵਾੜਤਾ ਮੇਰੇ ਕਹਿੰਦੇ ਜਿੱਦਾਂ ਜਿੱਦਾਂ ਅੱਗੇ ਜਾਈਏ ਨਾ ਬਿਲਡਿੰਗਾਂ ਦੇ ਵਿਊ ਦੇਖੇ ਕਿੰਨੇ ਸੋਹਣੇ ਹੋਈ ਜਾਣੇ ਵੱਡਾ ਵਿਊ ਹੋ ਜਾਣਾ ਰਾਤ ਨੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਇਹ ਦੇਖਣ ਵਾਲਾ ਆ ਰਾਤ ਨੂੰ ਦਾ ਕੋਈ ਨਹੀਂ ਜਿੱਦਾਂ ਰਾਤ ਨੂੰ ਆਵਾਂਗੇ ਤਾਂ ਰਾਤ ਨੂੰ ਦਿਖਾਵਾਂਗੇ ਤੁਹਾਨੂੰ ਦੇਣੇ ਦਾ ਦੇਖੋ ਜੀ ਦੇਣੇ ਤੁਸੀਂ ਬਿਲਡਿੰਗਾਂ ਦੇਖੋ ਪਤਾ ਨਹੀਂ ਸਹੀ ਆ ਕਿ ਨਹੀਂ ਆਹ ਟਰੱਕ ਖੜਾ ਆਪਣਾ ਅਸੀਂ ਐਡਰੈਸ ਦਿਖਾ ਰਹੇ ਹਾਂ ਔਫਿਸ ਦੂਜੀ ਸਾਈਡ ਆ ਮੇਰਾ ਟਰੱਕ ਨਹੀਂ ਲੋਕ ਸੀਗਾ ਅਤੇ ਮੈਂ ਇੱਥੇ ਛੱਡ ਦਿੰਦਾ ਕਿਉਂਕਿ ਉੱਧਰੋਂ ਲਾਉਣਾ ਸੌਖਾ ਹੋ ਜਾਊਗਾ ਜੇ ਕਿਤੇ ਇੱਥੇ ਲਗਾਉਣਾ ਹੋਇਆ ਪਰ ਡਾਕਾਂ ਦਾ ਜੋ ਹਾਲ ਆ ਇੱਥੇ ਤਾਂ ਕਦੀ ਕੋਈ ਆਇਆ ਨਹੀਂ ਟਰੱਕ ਆਪਣਾ ਲੋਕ ਅਤੇ
ਇੱਕ ਬੰਦੇ ਨੂੰ ਮਿਲਿਆ ਉਹ ਮੈਨੂੰ ਕਹਿੰਦਾ ਹੋਣਾ ਤੈਨੂੰ ਅੰਦਰ ਨਹੀਂ ਜਾਣ ਦੇਣਾ ਇੱਥੇ ਇੱਕ ਫੋਨ ਲੱਗਾ ਆ ਤੈਨੂੰ ਉਹਦੇ 'ਤੇ ਸਾਰਾ ਕੁਛ ਕਰਨਾ ਪੈਣਾ ਆ ਪਤਾ ਨਹੀਂ ਕਿੱਦਾਂ ਹਜੇ ਮੈਂ ਆਪਣੀ ਕੰਪਨੀ ਦਾ ਵੀ ਸ਼ੋਰ ਨਹੀਂ ਆ ਦਿਖਾਉਂਦਾ ਤਾਂ ਆਹੀ ਡਰੈਸ ਆ ਪਰ ਦਿਖਾ ਨਾਮ ਨਹੀਂ ਦਿਖਾ ਰਿਹਾ ਵੇਲੇ ਕੰਪਨੀ ਦਾ ਕਈ ਵੇਲੇ ਕੰਪਨੀ ਦਾ ਨਾਮ ਕੁਛ ਹੋਰ ਹੁੰਦਾ ਉੱਤੇ ਦਿਖਾ ਰਹੇ ਕੁਛ ਹੋਰ ਹੁੰਦੇ ਕਈ ਵੇਲੇ ਦੋ ਕੰਪਨੀਆਂ ਹੁੰਦੀਆਂ ਇਕੱਠੀਆਂ ਰਜਿਸਟਰਡ ਅਤੇ ਪਰ ਇਹ ਵਾਲੀ ਜਿਹੜੀ ਹੈ ਮੇਰੇ ਕੋਲ ਆ ਉਹਦਾ ਨਾਮ ਦਿਖਾ ਨਹੀਂ ਰਹੇ ਉਹ ਅੱਗੇ ਚੈੱਕ ਕਰੋ ਸਾਰੇ ਮੌਸਮ ਵਧੀਆ ਹੋਇਆ ਆ ਚਲੋ ਦੇਖਦੇ ਹਾਂ ਹਾਂਜੀ ਅਤੇ ਐਡਰੈਸ ਹੀ ਗਲਤ ਸੀਗਾ ਉਹ ਇੱਧਰਲੀ ਸਾਈਡ ਨਾਲ ਹੀ ਆ ਮਤਲਬ ਘੁੰਮ ਕੇ ਅਤੇ ਉੱਥੇ ਆ ਕੋਈ ਉੱਥੋਂ ਚੱਕਣਾ ਆ ਉੱਥੇ ਤਾਂ ਚਲੋ ਹੈ ਹੀ ਨਹੀਂ ਸੀਗਾ ਉਹ ਮੈਂ ਗਿਆ ਅੰਦਰ ਉਹ ਬੰਦਾ ਆ ਗਿਆ ਸੀ ਬਾਹਰ ਇੱਕ ਅਤੇ ਉਹਨੇ ਮੈਨੂੰ ਦੱਸਿਆ ਕਹਿੰਦਾ ਨਹੀਂ ਉਹ ਇਹ ਵਾਲਾ ਐਡਰੈਸ ਸਾਡਾ ਆ ਪਰ ਇੱਥੇ ਨਹੀਂ ਆ ਨਾ ਫਿਰ ਭਾਅ ਜੀ ਨੇ ਮੈਨੂੰ ਫੋਨ ਕੀਤਾ ਜਦੋਂ ਉਹਨੇ ਮੈਨੂੰ ਦੂਜਾ ਐਡਰੈਸ ਭੇਜ ਤਾ ਕਹਿੰਦੇ ਕਿ ਆਹ ਵਾਲਾ ਆ ਇੱਥੇ ਜਾਣਾ ਤੂੰ ਚਲੋ ਹੁਣ ਚੱਲਦੇ ਹਾਂ ਉੱਥੇ ਚਲੋ ਜੀ ਟਰੱਕ 'ਚ ਲਾ ਤੀ ਨਵੀਂ ਲੈਟ ਇਹ ਵਾਲੀ ਅਤੇ ਬਾਕੀ ਵੀ ਜੇ ਲੱਗੂਗੀ ਇਹ ਤਾਂ ਮੈਂ ਉਦੋਂ ਕਾਲੀ ਕਾਲੀ ਚਲਾਈ ਇਹਨੂੰ ਪ੍ਰੋਪਰ ਤਰੀਕੇ ਨਾਲ ਲਗਾਊਂਗਾ ਸੋਹਣੀ ਲੱਗਦੀ ਪਈ ਯਾਰ ਆਈ ਲਾਈਕ ਇਟ ਇਹਦੇ ਆਲੇ ਦੁਆਲੇ ਸੋਹਣੀ ਲੱਗਦੀ ਇੱਥੋਂ ਹੀ ਹੁਣ ਫਿਰ ਸ਼ੁਰੂ ਕਰੂੰਗਾ ਇੱਦਾਂ ਘੁੰਮ ਜੂਗੀ